ਸਾਰੇ ਵੇਖਣ ਵਾਲੇ ਨੂੰ ਦੱਸ ਦਿਆਂ ਕਿ ਇਹ ਅਤੀਕ ਬਾਈ ਲੱਭ ਰਹੇ ਨੇ ਕਿ ਇੱਥੋਂ ਗਏ ਹੋਏ ਜਿੰਨੇ ਬੰਦੇ ਨੇ ਉਹ ਆਪਣੇ ਘਰ ਵੇਖ ਸਕਣ। ਅਤੀਕ ਬਾਈ ਮਿਹਨਤ ਕੀਤੀ ਪੂਰੀ ਕਿ ਆਪਣੇ ਘਰ ਵਿਖਾਣਗੇ ਤੁਹਾਨੂੰ, ਤੇ ਕੋਸ਼ਿਸ਼ ਹਾਂਜੀ ਕਰੋ ਕਿ ਇਸ ਵੀਡੀਓ ਤੋਂ ਬਾਅਦ ਇਨ ਕੰਟੈਕਟ ਕਰਨ, ਤਾਂ ਕਿ ਮੈਂ ਤੁਹਾਨੂੰ ਫਿਰ ਅਤੀਕ ਬਾਈ ਦਾ ਕੰਟੈਕਟ ਨੰਬਰ ਦੇਵਾਂਗਾ, ਤਾਂ ਕਿ ਆਪਣੇ ਮਕਾਨ ਆਪ ਲੱਭ ਲਓ। ਸਹੀ ਗੱਲ। ਤੇ ਇਸ ਵੀਡੀਓ ਤੇ ਇਸ ਐਪੀਸੋਡ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਉਹ ਵਾਲੇ ਮਕਾਨ ਵੀ ਵਿਖਾਵਾਂਗਾ ਜਿਹੜੇ ਫੋਟੋ ਅਤੀਕ ਬਾਈ ਨੇ ਮੈਨੂੰ ਭੇਜੇ ਨੇ। ਮੈਂ ਇਸ ਗੱਲੋਂ ਪਰੇਸ਼ਾਨ ਸੀਗਾ ਵੀ ਸਾਰੇ ਇਲਾਕੇ ਦੇ ਲੋਕ ਮਿਲ ਗਏ ਆ, ਬਹਾਵਲਪੁਰ ਦੇ, ਮੁਲਤਾਨ ਦੇ, ਖਾਨੇਵਾਲ ਦੇ, ਫੈਸਲਾਬਾਦ, ਸਾਡੇ ਇੱਥੇ ਏਡਾ ਵੱਡਾ ਇਹਨਾਂ ਦਾ ਇੱਕ ਸਾਸਾ ਪਿਆ ਵਾ, ਇੱਧਰ ਲੋਕ ਕਿੱਥੇ ਆ? ਕਦੀ ਕਿਸੇ ਨੇ ਨਾਮ ਹੀ ਨਹੀਂ ਲਿਆ ਵੀ ਜਿਹੜੇ ਬੰਦਾ ਕਹਿ ਸਕਦਾ ਵੀ ਇਹਨੇ ਬੰਦੇ ਨੇ ਰੀਝ ਨਾਲ ਪੈਸੇ ਲਾਏ ਇੱਥੇ ਆ, ਬਾਲਕੋਨੀਆਂ ਹੋਣ ਸੋ ਇੱਥੇ ਆ। ਹਵੇਲੀਆਂ ਸੋ ਹਾਂਜੀ ਹਵੇਲੀਆਂ ਪੁਨੀਤ ਬਾਈ, ਇੱਥੇ ਨਾ ਕਮਾਲੀਏ ਦੇ ਵਿੱਚ ਮਿੱਡਾ ਫੈਮਿਲੀ, ਮਹਿਤਾ ਫੈਮਿਲੀ, ਅੱਛਾ, ਪਗਾਈ, ਕੁੱਕੜ ਤੇ ਹੋਰ ਇਸ ਤਰ੍ਹਾਂ ਦੀ ਫੈਮਿਲੀਆਂ ਸੀਗੀਆਂ, ਕਿਉਂਕਿ ਉਹਨਾਂ ਦੇ ਮੁਹੱਲੇ ਪੁਰਾਣੇ ਨਾਮ ਹਜੇ ਵੀ ਮੌਜੂਦ ਆ, ਉਹਨਾਂ ਦੇ ਮਕਾਨ, ਉਹਨਾਂ ਦੀਆਂ ਹਵੇਲੀਆਂ, ਉਹਨਾਂ ਦੀਆਂ ਦੁਕਾਨਾਂ ਦੇਖ ਕੇ ਹੈਰਾਨ ਰਹਿਣਾ ਯਾਰ, ਉਹ ਕਿੱਦਾਂ ਦੇ ਬੰਦੇ ਸੀ, ਐਡੇ ਆਲੀ ਸ਼ਾਨ ਘਰ, ਐਡੇ ਆਲੀ ਸ਼ਾਨ ਉਹਨਾਂ ਦੀਆਂ ਇਮਾਰਤਾਂ, ਉਹਨਾਂ ਦੇ ਗੁਰਦੁਆਰੇ, ਮੰਦਿਰ ਹਜੇ ਤੱਕ ਸਹੀ ਹਾਲਤ 'ਚ ਮੌਜੂਦ ਆ। ਪੂਰਾ ਨਾਮ ਦੱਸਾਂ ਤਾਂ ਆਪਣਾ ਤਾਰੁਫ ਕਰਾ ਦਿਓ। ਮੇਰਾ ਨਾਮ ਅਤੀਕੁਰ ਰਹਿਮਾਨ। ਅਤੀਕੁਰ ਰਹਿਮਾਨ, ਤੇ ਕੀ ਕਰਦੇ ਹੋ? ਮੈਂ ਸਪੋਰਟਸਮੈਨ, ਕ੍ਰਿਕਟ ਖੇਲ ਨਾਲ ਪ੍ਰਾਪਰਟੀ ਦਾ ਕੰਮ ਕਰਦਾ। ਵਾਹ ਜੀ ਵਾਹ। ਤੇ ਕਿਹੜੇ ਪਿੰਡ ਕਿਹੜਾ ਤੁਹਾਡਾ ਉਹ ਦੱਸ ਦਿਓ ਹੁਣ। ਸਾਡਾ ਸਿਟੀ ਹੈ ਕਮਾਲੀਆ, ਡਿਸਟ੍ਰਿਕਟ ਟੋਬਾ ਟੇਕ। ਕਮਾਲੀਆ, ਹਾਂਜੀ, ਟੋਬਾ ਟੇਕ। ਤੇ ਇਹਦੇ ਇਹਦੇ ਨਾਲ ਵੱਡਾ ਸਿਟੀ ਕਿਹੜਾ ਹੈ? ਸਾਡੇ ਨਜ਼ਦੀਕ ਚੀਚਾ ਵਤਨੀ, ਸਾਹੀਵਾਲ, ਸਾਡੇ ਤੋਂ ਤਕਰੀਬਨ ਕੋਈ 60 ਕਿਲੋਮੀਟਰ ਤੇ ਆ। ਜਿਹੜਾ ਜ਼ਿਆਦਾ ਬੜਾ ਲੈਲਪੁਰ ਆ, ਉਹ ਡਿਵੀਜ਼ਨ ਸਾਡਾ ਵਾ। ਲੈਲਪੁਰ 'ਚ ਕਿੰਨੀ ਕੁ ਦੂਰ ਹੈ? ਲੈਲਪੁਰ ਸਾਡੇ ਕੋਲ 100 ਕਿਲੋਮੀਟਰ ਦੂਰ ਆ। 100 ਕਿਲੋਮੀਟਰ ਦੂਰ ਹੈ? 100 ਕਿਲੋਮੀਟਰ। ਸਾਡੇ ਇੱਕ ਸਾਈਡ ਤੇ ਜੰਗ ਆ, ਉਹ ਤਕਰੀਬਨ 50 ਕਿਲੋਮੀਟਰ ਆ। ਜੰਗ 50 ਕਿਲੋਮੀਟਰ ਹੈ? ਹਾਂਜੀ, ਜੰਗ 50 ਕਿਲੋਮੀਟਰ। ਚਲੋ ਮੈਨੂੰ ਇਹ ਕਮਾਲੀਆ ਦੇ ਬਾਰੇ ਦੱਸ ਦਿਓ ਵੀ ਕਮਾਲੀਆ ਕਿੰਨਾ ਕੁ ਵੱਡਾ ਸ਼ਹਿਰ ਹੈ ਤੇ ਤਾਰੀਖੀ ਕੀ ਕੀ ਚੀਜ਼ਾਂ ਅਵੇਲੇਬਲ ਨੇ ਇੱਥੇ? ਪੁਨੀਤ ਬਾਈ, ਕਮਾਲੀਆ ਬਹੁਤ ਤਾਰੀਖੀ ਸ਼ਹਿਰ ਆ। ਇੱਥੇ ਸਾਡੀ ਜਿਹੜੀ ਜਨਮ ਮੇਰਾ ਤਾਂ ਹੈਗਾ ਵਾ 1992 ਦਾ। ਸਾਡੇ ਬਜ਼ੁਰਗ ਵੀ ਉਧਰੋਂ ਆਏ ਸੀਗੇ ਪੰਜਾਬ ਚੋਂ, ਲੁਧਿਆਣੇ ਤੋਂ। ਪਿੰਡ ਪੜੈਨ ਸੀਗਾ, ਤਹਿਸੀਲ ਜਗਰਾਵਾਂ, ਪਿੰਡ ਪੜੈਨ। ਪਰੋਵਾਲ ਪਿੰਡ ਸੀ, ਕੋਟਲੀ, ਹੰਬੜਾਂ, ਭੱਠਾ ਤੂਆ। ਇਹਨਾਂ ਦਾ ਪਾਰਟੀਸ਼ਨ ਦਾ ਦਰਦ ਤੁਹਾਡੇ ਅੰਦਰ ਵੀ ਹੈ, ਤਾਂ ਹੀ ਤਾਂ ਇਹ ਪੁਰਾਣੀ ਬਿਲਡਿੰਗਾਂ ਸਾਨੂੰ ਵਿਖਾ ਰਹੇ ਹੋ। ਹਾਂਜੀ ਹਾਂਜੀ, ਪਰ ਅਸੀਂ ਜਦੋਂ ਇੱਧਰ ਆ ਗਏ ਹਾਂ, ਇੱਧਰ ਆ ਕੇ ਅਸੀਂ ਇੱਥੇ ਰਹਿੰਦੇ, ਸਾਡੇ ਜਿਹੜਾ ਸੀ ਬਾਈ ਘਰ ਉਹ ਸੀ ਮੱਲਾ ਮਹਿਤਿਆਂ ਵਾਲਾ। ਮੈਂ ਜਦੋਂ ਛੋਟਾ ਸੀ ਉਦੋਂ ਤਾਂ ਨਹੀਂ ਐਡਾ ਸੀਗਾ, ਪਰ ਬੜੇ ਹੋਏ ਹਾਂ। ਪਰ ਜਦੋਂ ਵੀ ਬਾਜ਼ਾਰ ਜਾਣਾ ਤੇ ਜਿਹੜੇ ਇੱਥੇ ਪਹਿਲਾਂ ਦੇ ਲੋਕ ਰਹਿਣ ਵਾਲੇ ਸੀਗੇ, ਉਹਨਾਂ ਦੇ ਮਕਾਨ, ਉਹਨਾਂ ਦੀਆਂ ਹਵੇਲੀਆਂ, ਉਹਨਾਂ ਦੀਆਂ ਦੁਕਾਨਾਂ ਦੇਖ ਕੇ ਹੈਰਾਨ ਰਹਿਣਾ ਯਾਰ, ਉਹ ਕਿੱਦਾਂ ਦੇ ਬੰਦੇ ਸੀ, ਐਡੇ ਆਲੀ ਸ਼ਾਨ ਘਰ, ਐਡੇ ਆਲੀ ਸ਼ਾਨ ਉਹਨਾਂ ਦੀਆਂ ਇਮਾਰਤਾਂ, ਉਹਨਾਂ ਦੇ ਗੁਰਦੁਆਰੇ, ਮੰਦਿਰ ਹਜੇ ਤੱਕ ਸਹੀ ਹਾਲਤ 'ਚ ਮੌਜੂਦ ਆ। ਮੈਂ ਆਪਣੇ ਵੇਖਣ ਵਾਲੇ ਨੂੰ ਦੱਸ ਦਿਆਂ ਕਿ ਆਪਣੇ ਅਤੀਕ ਜਨਾਬ ਨੇ ਜਿਹੜੀ ਫੋਟੋ ਮੇਰੇ ਕੋਲ ਭੇਜੀਆਂ ਨੇ, ਉਹਨਾਂ ਫੋਟੋ ਨੂੰ ਇਸ ਐਪੀਸੋਡ 'ਚ ਜ਼ਰੂਰ ਵਿਖਾਵਾਂਗਾ, ਅਤੇ ਉਹਨਾਂ ਫੋਟੋ ਨੂੰ ਲੈਣ ਵਾਸਤੇ ਇੰਨਾ ਬੜੀ ਮਿਹਨਤ ਕੀਤੀ ਹੈ। ਤੇ ਇਹਨਾਂ ਮੈਨੂੰ ਦੱਸਿਆ ਕਿ ਸਾਡੇ ਜਿਹੜੇ ਪਿੰਡ ਸ਼ਹਿਰ ਹੈ ਕਮਾਲੀਆ, ਇਹਦੇ 'ਚ ਬਹੁਤ ਤਾਰੀਖੀ ਮਕਾਨ ਜਿਹੜੇ ਅੱਜ ਵੀ ਚੰਗੀ ਹਾਲਾਤ 'ਚ ਪਏ ਨੇ। ਕਿਉਂ ਠੀਕ ਕਹਿ ਰਿਹਾ ਮੈਂ ਭਾਈ ਜੀ? ਕੋਈ ਮੈਂ ਕਹਿੰਦਾ ਵੀ ਕੋਈ ਵੀ ਹੋਊਗਾ ਨਾ ਲੋਕ ਜਿਹੜੇ ਉਸ ਅੱਲਾ ਕਰੇ ਨੂੰ ਕੋਈ ਹਯਾਤ ਹੋਣ, ਉਸ ਟਾਈਮ 1947 ਟਾਈਮ ਇਹਦੀ ਆਬਾਦੀ ਸੀਗੀ ਤਕਰੀਬਨ 30,000 ਦੇ ਲਗਭਗ। ਇੱਥੇ ਪੁਰਾਣੀ ਗੱਲਾਂ ਮੰਡੀ ਆ, ਸਟੇਸ਼ਨ ਮੈਂ ਸਟੇਸ਼ਨ 'ਤੇ ਹੀ ਖੜਾ ਇਸ ਟਾਈਮ। ਇਹ 1907 'ਚ ਬਣਿਆ ਸੀ ਅਤੇ ਅੱਛਾ ਅੱਛਾ ਪਿੱਛੋਂ ਦਿਖਾਈ ਦੇ ਰਿਹਾ ਵੀ 1907 ਲਿਖਿਆ ਹੋਇਆ ਉੱਥੇ। ਹਾਂਜੀ ਹਾਂਜੀ, ਮੈਂ ਥੋੜ੍ਹਾ ਤੁਹਾਨੂੰ ਦਿਖਾ ਵੀ ਦਿੰਦਾ। ਕਮਾਲੀਆ ਸਟੇਸ਼ਨ 'ਤੇ ਖੜੇ ਹਾਂ ਅਸੀਂ। ਹਾਂਜੀ, ਵਾਹ ਜੀ ਵਾਹ ਜੀ, ਕਮਾਲੀਆ ਸਟੇਸ਼ਨ 1907 ਦਾ ਬਣਿਆ ਹੋਇਆ, ਅੰਗਰੇਜ਼ਾਂ ਦੇ ਟਾਈਮ ਦਾ ਸਟੇਸ਼ਨ। ਤਾਂ ਸਾਰੇ ਦੇ ਸਾਰੇ ਇੰਡੀਆ ਤੇ ਪਾਕਿਸਤਾਨ ਦੇ ਸੇਮ ਨੇ ਬਿਲਕੁਲ, ਕਿਉਂਕਿ ਉਹ ਪੁਰਾਣੇ ਅੰਗਰੇਜ਼ਾਂ ਦੇ ਟਾਈਮ ਦੇ ਬਣਾਏ ਹੋਏ ਨੇ ਸਾਰੇ। ਹਾਂਜੀ ਹਾਂਜੀ ਬਿਲਕੁਲ, ਸਾਰੇ ਰੇਲਵੇ ਸਟੇਸ਼ਨ ਤੇ ਅੰਗਰੇਜ਼ਾਂ ਨੇ ਇੱਕੇ ਤਰ੍ਹਾਂ ਦਾ ਬੋਰਡ ਲਾਇਆ, ਸਿਰਫ ਸ਼ਹਿਰ ਦਾ ਨਾਮ ਤਬਦੀਲ ਹੋਇਆ, ਬਾਕੀ ਸਾਰਾ ਕੁਝ ਸੇਮ ਟੂ ਸੇਮ ਹੈਗਾ। ਹਾਂਜੀ, ਮੈਂ ਖਾਨੇਵਾਲ, ਕਿਉਂਕਿ ਜੰਕਸ਼ਨ ਆ ਉੱਥੇ, ਪੂਰੇ ਪਾਕਿਸਤਾਨ ਨੂੰ ਟ੍ਰੇਨਾਂ ਜਾਂਦੀਆਂ ਵਾ, ਪਾਕਿਸਤਾਨ ਦਾ ਦੂਸਰਾ ਬੜਾ ਜੰਕਸ਼ਨ ਆ।
ਉੱਥੋਂ ਹਰ ਪਾਸੇ ਇੱਥੇ ਸੜੀ ਸਾਡੀ ਇੱਕ ਮਾਲੀ ਨੂੰ ਵੀ ਆਉਂਦੀ ਹੈ, ਉੱਥੋਂ ਟੈਕਸੀ ਨੂੰ ਵੀ ਆਉਂਦੀ, ਜੰਗ ਨੂੰ ਵੀ ਆਉਂਦੀ ਹੈ, ਚੀਚਾ ਪਤਨੀ ਨੂੰ ਵੀ ਆਉਂਦੀ, ਬੂਰੇ ਨੂੰ ਵੀ ਆਉਂਦੀ, ਹਰ ਪਾਸੇ ਟ੍ਰੇਨ ਜਾਂਦੀ ਉੱਥੋਂ ਸਾਹਨੇਵਾਲ ਤੋਂ। ਪਰ ਇਹ ਜਿਹੜੀ ਲਾਈਨ ਹੈ ਸ਼ੋਰਕੋਟ ਤੱਕ ਮਸਟ ਆ। ਚਲੋ ਮੈਂ ਸਿੱਧਾ ਮੁੱਦੇ ਤੇ ਆਂ ਕਿ ਵੀ ਤੁਸੀਂ ਜਿਹੜੇ ਫੋਟੋ ਮੇਰੇ ਕੋਲ ਭੇਜੀਆਂ ਨੇ ਉਹ ਫੋਟੋ ਮਤਲਬ ਉਸ ਤਰ੍ਹਾਂ ਦੇ ਹੋਰ ਕਿੰਨੇ ਮਕਾਨ ਹੋਰ ਪਏ ਹੋਣੇ ਉੱਥੇ? ਬਹੁਤ ਸਾਰੇ ਮਕਾਨ। ਮੈਂ ਕਹਿੰਦਾ ਵੀ ਬੰਦਾ ਇੱਕ ਸੋਚ ਸਕਦਾ, ਬੰਦੇ ਕੋਲ ਹੁਣ ਇੱਕ ਪੁਨੀਤ ਬਾਈ ਮਸਲ ਪੈਸੇ ਹੁੰਦੇ ਆ, ਉਹ ਕਹਿੰਦਾ ਮੈਂ ਮਕਾਨ ਬਣਾਵਾਂ, ਉਹ ਬਣਾਉਂਦਾ ਵਾ ਵੀ ਮੈਂ ਹੁਣ ਇੱਕ ਤਾਂ ਗਰੀਬ ਆਦਮੀ ਮਕਾਨ ਬਣਾਉਂਦਾ ਵੀ ਮੈਂ ਦੋ ਕਮਰੇ ਇੱਕ ਕਿਚਨ ਵਾਸ਼ਰੂਮ ਬੈਠ ਠੀਕ ਆ। ਇੱਥੇ ਕੋਈ 100 ਹਵੇਲੀਆਂ ਦੀ ਆ ਵੀ ਜਿਹੜੇ ਬੰਦਾ ਕਹਿ ਸਕਦਾ ਵੀ ਇਹਨੇ ਬੰਦੇ ਨੇ ਰੀਝ ਨਾਲ ਪੈਸੇ ਲਾਏ ਇੱਥੇ ਆ ਬਾਲਕੋਨੀਆਂ ਹੋਣ ਇੱਥੇ। 100 ਹਵੇਲੀਆਂ, 100 ਹਵੇਲੀਆਂ, ਹਾਂਜੀ ਹਾਂਜੀ। ਮਤਲਬ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਮਤਲਬ ਬਹੁਤ ਹੀ ਫਿਰ ਤਾਂ ਅਮੀਰ ਸੀ, ਬਹੁਤ ਅਮੀਰ ਸੀਗੇ, ਬੜੇ ਪੜ੍ਹੇ ਲਿਖੇ ਸੀ, ਸਕੂਲ ਕਾਲਜ ਵਗੈਰਾ ਕਾਫੀ ਪੁਰਾਣੇ ਹੈਗੇ ਆ। ਪਰ ਹੁਣ ਵਕਤ ਨਾਲ ਢਹਿ ਵੀ ਗਈਆਂ, ਪਰ ਹਜੇ ਵੀ ਨਾ ਲੋਕਾਂ ਨੇ ਜਿਹੜੇ ਮਕਾਨ, ਕਿਉਂਕਿ 100-150 ਸਾਲ ਤਾਂ ਹੋ ਗਿਆ ਉਹਨਾਂ ਨੂੰ ਬਣਿਆ ਨੂੰ, ਲੋਕਾਂ ਨੇ ਉਹ ਫਿਰ ਨਵੇਂ ਬਣਾ ਲਏ ਤੇ, ਪਰ ਹੁਣ ਤਾਂ ਹਜੇ ਵੀ ਜ਼ਿਆਦਾ ਹੋਣਗੀਆਂ। ਕਮੋ ਬੇਸ਼ ਜਿਹੜੀਆਂ ਨਾ ਦੇਖਣ ਦੇ ਲਾਇਕ ਹਵੇਲੀਆਂ 50 ਤੋਂ ਜ਼ਿਆਦਾ ਹੋਣਗੀਆਂ, ਬਾਕੀ ਜਿਹੜੇ ਡਬਲ ਸਟੋਰੀ ਮਕਾਨ ਉਹ ਛੋਟੇ ਮਕਾਨ ਉਹ ਤਾਂ ਕਾਫੀ ਜ਼ਿਆਦਾ। ਨਹੀਂ ਤੁਸੀਂ ਮਕਾਨ ਦੇ ਫੋਟੋ ਭੇਜੇ, ਉਹਦੇ ਉੱਤੇ ਨਾਂ ਲਿਖੇ ਹੋਏ ਨੇ ਨਾਂ ਤੇ ਮਤਲਬ ਤੁਸੀਂ ਸਮਝੋ। ਮੈਨੂੰ ਤਾਂ ਬੜਾ ਸੀਗਾ ਵੀ ਸਾਨੂੰ ਪਤਾ ਨਹੀਂ ਦੋਸਤ ਕਿੱਥੇ ਗਏ ਹੈ ਕਮਾਲੀਏ ਦੇ, ਇੰਨਾ ਕੁਛ ਬਣਾ ਕੇ ਕਦੇ ਮੰਦਰ ਆਮ ਤੇ ਨਹੀਂ ਆਏ, ਮੈਂ ਇਹਨਾਂ ਨੂੰ ਬੜੀ ਕੋਸ਼ਿਸ਼ ਕੀਤੀ। ਇਸੇ ਵਾਸਤੇ ਮੈਂ ਤੁਹਾਨੂੰ ਲਾਈਨ ਤੇ ਲਿਆ ਵੀ ਇਹ ਹੁਣ ਚੈਨਲ ਤੇ ਪਾਵਾਂਗੇ ਤਾਂ ਕਮਾਲੀਆ ਤੂੰ ਗਏ ਹੋਏ ਲੋਕ ਆਪਣੇ ਮਕਾਨ ਦੇਖ ਸਕਣ, ਫਿਰ ਤੁਹਾਡੇ ਨਾਲ ਰਾਬਤਾ ਕਰ ਸਕਣ ਵੀ ਸਾਡਾ ਵੀ ਮਕਾਨ ਕਿਵਤਾ ਲੱਭ ਜਾਏ, ਤਾਂ ਉਹਨਾਂ ਦੇ ਚਿਹਰੇ ਤੇ ਜਿਹੜੀ ਬਜ਼ੁਰਗਾਂ ਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ ਨਾ ਮਕਾਨ ਵੇਖਣ ਦੀ, ਉਹ ਬਹੁਤ ਬਹੁਤ ਵੱਖਰੀ ਹੁੰਦੀ ਹੈ। ਹਾਂਜੀ ਹਾਂਜੀ ਸਹੀ ਬਾਲਾ ਤੁਹਾਡੀ ਪੁਨੀਤ ਬਾਈ। ਇੱਥੇ ਨਾ ਕਮਾਲੀਏ ਦੇ ਵਿੱਚ ਮਿੱਡਾ ਫੈਮਿਲੀ, ਮਹਿਤਾ ਫੈਮਿਲੀ, ਪਗਾਈ, ਕੁੱਕੜ ਤੇ ਹੋਰ ਇਸ ਤਰ੍ਹਾਂ ਦੀ ਫੈਮਿਲੀਆਂ ਸੀਗੀਆਂ, ਕਿਉਂਕਿ ਉਹਨਾਂ ਦੇ ਮਹੱਲੇ ਪੁਰਾਣੇ ਨਾਮ ਹਜੇ ਵੀ ਮੌਜੂਦ ਆ, ਚੰਦੂ ਰਾਮ ਦਾ ਮਹੱਲਾ। ਮਹੱਲਾ ਨਾਮ ਕੀ ਹੈ ਨੇ, ਨਾਮ ਦੱਸੋ ਦੁਬਾਰਾ ਮਹੱਲਿਆਂ ਦੇ। ਮਹੱਲਾ ਕੁੱਕੜਾਂ ਵਾਲਾ, ਅੱਛਾ, ਤੇ ਮਹੱਲਾ ਮਹਿਤਿਆਂ ਵਾਲਾ, ਅੱਛਾ, ਮਹੱਲਾ ਫਾਜ਼ਲ ਦੀਵਾਨ, ਫਾਜ਼ਲ ਦੀਵਾਨ, ਹਾਂਜੀ, ਅੱਛਾ, ਹੋਰ ਹੋਰ ਪੁਰਾਣੇ ਮਹੱਲੇ ਹੀ, ਮਹੱਲਾ ਚੜ, ਅੱਛਾ, ਹਾਂਜੀ। ਹੋ ਸਕਦਾ ਇਸ ਵੀਡੀਓ ਤੋਂ ਬਾਅਦ ਫਿਰ ਉਹ ਵੀ ਦੇਖਣ ਵੀ ਕਮਾਲੀਆ ਦੇ ਬੰਦੇ ਆਪੇ ਦੱਸਣ ਵੀ ਕੌਣ ਕੌਣ ਕਮਾਲੀਆ ਦੇ, ਉਹਨਾਂ ਨੂੰ ਉਹਨਾਂ ਦਾ ਵੇਟ ਕਰ ਰਿਹਾ ਵੀ ਤੁਸੀਂ ਕਿੱਥੇ ਹੋ ਆਓ ਦੇਖੋ। ਇੱਕ ਮੈਂ ਦੇਖਿਆ ਸੀ ਇੰਟਰਵਿਊ ਯੂਟਿਊਬ ਦੇ ਉੱਤੇ, ਉਹਦਾ ਕੋਈ ਹੀਰੋ ਸਾਈਕਲ ਦਾ ਹੈਗਾ, ਮੁੰਜਲ ਪਰਿਵਾਰ ਆ ਉਹ, ਉਹਨਾਂ ਦਾ ਅੰਮ੍ਰਿਤਸਰ, ਉਹ ਹੈ ਮੁੰਜਾਲ ਪਰਿਵਾਰ, ਉਹ ਬਹੁਤ ਵੱਡਾ ਪਰਿਵਾਰ ਹੈ। ਹਾਂਜੀ ਹਾਂਜੀ ਉਹ ਵੀ ਇੱਥੋਂ ਹੀ ਗਏ ਸੀਗੇ ਕਮਾਲੀਆ ਤੋਂ। ਅੱਛਾ ਕਮਾਲੀਆ ਤੋਂ ਗਏ ਸੀ, ਹੋਰ ਕੋਈ ਵੀਡੀਓ ਮਿਲ ਸਕਦਾ ਹੈ ਉਹਨਾਂ ਮਕਾਨਾਂ ਦਾ ਜਿਹੜੇ ਮਕਾਨ ਤੁਸੀਂ ਵਿਖਾਏ ਨੇ? ਹਾਂਜੀ ਮਿਲ ਸਕਦਾ, ਮੈਂ ਟਰਾਈ ਕਰਾਂਗਾ ਜ਼ਰੂਰ ਹੋਰ ਲੈ ਕੇ ਆਉਣ ਦੀ। ਇੱਥੇ ਬਹੁਤ ਪੁਰਾਣੇ ਪੁਰਾਣੇ ਹੈਗੇ ਘਰ ਵਾ, ਮਕਾਨ ਜਿਹੜੇ ਹੈਗੇ ਆ, ਗੁਰਦੁਆਰੇ ਆ, ਮੰਦਰ ਸਾਰੇ ਵੇਖਣ ਵਾਲੇ ਨੂੰ ਦੱਸ ਦਿਆਂ ਕਿ ਇਹ ਅਤੀਕ ਬਾਈ ਲੱਭ ਰਹੇ ਨੇ ਕਿ ਇੱਥੋਂ ਗਏ ਹੋਏ ਜਿੰਨੇ ਬੰਦੇ ਨੇ ਉਹ ਆਪਣੇ ਘਰ ਵੇਖ ਸਕਣ। ਅਤੀਕ ਬਾਈ ਮਿਹਨਤ ਕੀਤੀ ਪੂਰੀ ਕਿ ਆਪਣੇ ਘਰ ਵਿਖਾਣਗੇ ਤੁਹਾਨੂੰ, ਤੇ ਕੋਸ਼ਿਸ਼ ਕਰੋ ਕਿ ਇਸ ਵੀਡੀਓ ਤੋਂ ਬਾਅਦ ਇਨ ਕੰਟੈਕਟ ਕਰਨ, ਤਾਂ ਕਿ ਮੈਂ ਤੁਹਾਨੂੰ ਫਿਰ ਅਤੀਕ ਬਾਈ ਦਾ ਕੰਟੈਕਟ ਨੰਬਰ ਦੇਵਾਂਗਾ ਤਾਂ ਕਿ ਆਪਣੇ ਮਕਾਨ ਆਪ ਲੱਭ ਲਓ। ਸਹੀ ਗੱਲ। ਤੇ ਇਸ ਵੀਡੀਓ ਤੇ ਇਸ ਐਪੀਸੋਡ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਉਹ ਵਾਲੇ ਮਕਾਨ ਵੀ ਵਿਖਾਵਾਂਗਾ ਜਿਹੜੇ ਫੋਟੋ ਅਤੀਕ ਬਾਈ ਨੇ ਮੈਨੂੰ ਭੇਜੇ ਨੇ। ਤੇ ਅਤੀਕ ਬਾਈ ਤੂੰ ਹੋਰ ਕਿੰਨੇ ਫੋਟੋ ਭੇਜ ਸਕਦੇ ਹੋ ਮੈਨੂੰ? ਹੋਰ ਅਗਰ ਇੱਥੇ ਪਰਮਿਸ਼ਨ ਹੋਵੇ ਤਾਂ ਮੈਂ ਕਾਫੀ 200-400 ਤਾਂ ਭੇਜ ਸਕਦਾ। ਕੋਈ ਗੱਲ ਨੀ, ਆਪਾਂ ਜਿਤਨੇ ਤੁਸੀਂ ਭੇਜੇ ਨੇ ਮੈਂ ਇਹਨਾਂ ਦਾ ਹੀ ਇਸ ਵੀਡੀਓ ਵਿੱਚ ਪਾ ਦਿਆਂਗਾ, ਉਹਨਾਂ ਨੂੰ ਵਿਖਾ ਕੇ ਹੋ ਸਕਦਾ ਕਿ ਫਿਰ ਹੋਰ ਤੁਹਾਨੂੰ ਵੀ ਫੋਟੋ ਲੈਣ ਦੇਣ। ਹਾਂਜੀ ਹਾਂਜੀ ਮੈਂ ਇਸ ਗੱਲੋਂ ਪਰੇਸ਼ਾਨ ਸੀਗਾ ਵੀ ਸਾਰੇ ਇਲਾਕੇ ਦੇ ਲੋਕ ਮਿਲ ਗਏ ਆ, ਬਹਾਵਲਪੁਰ ਦੇ, ਮੁਲਤਾਨ ਦੇ, ਖਾਨੇਵਾਲ ਦੇ, ਫੈਸਲਾਬਾਦ, ਸਾਡੇ ਇੱਥੇ ਏਡਾ ਵੱਡਾ ਇਹਨਾਂ ਦਾ ਇੱਕ ਸਾਸਾ ਪਿਆ ਵਾ, ਇੱਧਰ ਲੋਕ ਕਿੱਥੇ ਆ, ਕਦੀ ਕਿਸੇ ਨੇ ਨਾਮ ਹੀ ਨੀ ਲਿਆ। ਇਸੇ ਵਾਸਤੇ ਤੁਹਾਨੂੰ ਲਾਈਨ ਤੇ ਲਿਆ ਕਿ ਹੁਣ ਇਹਦਾ ਵੀਡੀਓ ਬਣਾ ਕੇ ਪਾਵਾਂਗੇ ਤਾਂ ਆਪੇ ਕਮਾਲੀਆ ਦੇ ਲੋਕ ਲੱਭਣਗੇ। ਬਈ ਹੋਰ ਕਿਸੇ ਵੀ ਸਿਟੀ ਦੇ ਇੰਨੇ ਤਾਰੀਖੀ ਮਕਾਨ ਤਾਂ ਪਏ ਵੀ ਨਹੀਂ ਜਿਹੜੇ ਤੁਸੀਂ ਫੋਟੋ ਭੇਜੇ ਨੇ, ਉਹਨਾਂ ਫੋਟੋ ਨੂੰ ਦੇਖ ਕੇ ਆਪਣਾ ਘਰ ਤਾਂ ਯਾਦ ਕਰਨਗੇ ਲੋਕ। ਸਹੀ ਗੱਲ ਆ ਜੀ, ਉਹ ਸਾਡੇ ਨਾਲ ਰਾਬਤਾ ਕਰਨਾ ਸੀ, ਉਹਨਾਂ ਦੇ ਘਰ ਇੱਥੇ ਆਉਣ, ਆਪਣੇ ਜਗ੍ਹਾ ਦੇਖਣ, ਇਹਨਾਂ ਦੇ ਜਿਹੜੇ ਵਾਯੋਬਜਾਤ ਸੀ ਇੱਥੇ, ਕਿੰਨੀ ਆਲੀਸ਼ਾਨ ਜ਼ਿੰਦਗੀ ਗੁਜ਼ਾਰ ਕੇ ਗਏ। ਤੇ ਹੁਣ ਤਾਂ ਕੀ ਹੈ, ਮਕਾਨ ਦੀ ਫੋਟੋ ਉਹਨਾਂ ਕੋਲ ਪਹੁੰਚੇਗੀ ਨਾ, ਫਿਰ ਉਹਨਾਂ ਦਾ ਆਉਣ ਦਾ ਵੀ ਜੀ ਕਰੇਗਾ ਵੀ ਸਾਡੇ ਮਕਾਨ ਦੇ ਕੁਝ ਹਾਲਾਤ ਜਿਹੜੀ ਹੈਗੇ ਅੱਛੇ ਹਾਲਾਤ ਚ ਪਏ ਨੇ, ਫਿਰ ਉਹਨਾਂ ਦਾ ਜੀ ਵੀ ਕਰਦਾ ਮਕਾਨ ਦੇਖ ਕੇ ਆਈਏ ਆਪਣਾ। ਬਹੁਤ ਅੱਛੇ ਹਾਲਾਤ, ਇੱਕ ਤਾਂ ਹੁੰਦੇ ਨੇ ਅੱਛੇ ਹਾਲਾਤ ਪੁਨੀਤ ਬਈ, ਇੱਕ ਅੱਛੇ ਹਾਲਾਤ, ਇੱਕ ਬਹੁਤ ਅੱਛੇ ਹਾਲਾਤ। ਔਰ ਮੈਂ ਕਿਹਾ ਵੀ ਜਿਹੜੇ ਬਜ਼ੁਰਗ ਇੱਥੇ ਆਪਣੇ ਬੱਚਿਆਂ ਨੂੰ ਜਾਂ ਦੱਸਦੇ ਹੋਣੇ ਆ ਵੀ ਸਾਡਾ ਇੰਡੀਆ ਉੱਥੇ ਪਾਕਿਸਤਾਨ ਵਿੱਚ ਜਿਹੜਾ ਕਮਾਲੀਆ ਸ਼ਹਿਰ ਸੀ ਸਾਡਾ, ਬੜਾ ਵੱਡਾ ਸੈਟਅਪ ਸੀ, ਸਾਡੇ ਐਡੇ ਐਡੇ ਵੱਡੇ ਕਾਰ ਸੀਗੇ, ਪੱਕੇ ਬਣਾਏ ਹੋਏ ਸੀ, ਉਹ ਉਹਨਾਂ ਦੀ ਗੱਲ 100% ਠੀਕ ਆ,
ਉਹ ਬਜ਼ੁਰਗ ਇੱਥੇ ਬਹੁਤ ਕੁਝ ਛੱਡ ਕੇ ਗਏ। मैं ਤੁਹਾਡਾ ਸ਼ੁਕਰੀਆ ਕਰਨਾ ਕਿ ਤੁਸੀਂ ਉਹ ਫੋਟੋ ਭੇਜੇ। ਸ਼ੁਕਰੀਆ ਜਨਾਬ, ਮੈਂ ਤੁਹਾਡਾ ਦੁਬਾਰਾ ਰਾਬਤਾ ਕਰੂੰਗਾ ਤੁਹਾਡੇ ਨਾਲ, ਇਹ ਵੀਡੀਓ ਪਾ ਕੇ ਤੇ ਫੋਟੋ ਪਾ ਕੇ, ਤਾਂ ਕਿ ਫਿਰ ਹੋਰ ਵੀਡੀਓ ਤੁਸੀਂ ਮੈਨੂੰ ਭੇਜਣ ਦੇ। ਜ਼ਰੂਰ ਪ੍ਰੀਤ ਭਾਈ, ਜ਼ਰੂਰ ਮੈਂ ਹੋਰ ਤਸਵੀਰਾਂ ਲੈ ਕੇ ਤੁਹਾਨੂੰ ਹੋਰ ਕੁਝ ਭੇਜਾਂਗਾ। ਅਸੀਂ ਆਪਣੇ ਦੋਸਤ ਲੱਭਣੇ ਆ ਜਿਹੜੇ ਬਜ਼ੁਰਗ ਇੱਥੋਂ ਗਏ ਆ ਕਮਾਲੀਏ ਦੇ, ਜਿਹੜੇ ਅਸਲ ਬਸ਼ਿੰਦੇ ਸੀ। ਲੱਭਣੇ ਆ ਜੀ, ਬਿਲਕੁਲ। ਇੱਥੇ ਕੋਈ ਹੋਰ ਬਜ਼ੁਰਗ ਤੁਹਾਨੂੰ ਆਪਣੇ ਕਮਾਲੀਏ 'ਚ ਲੱਭ ਜਾਣ ਤਾਂ ਉਹਨਾਂ ਨਾਲ ਵੀ ਗੱਲ ਹੋ ਸਕੇ ਤਾਂ ਕਰਾ ਦੇਣਾ ਕਦੇ। ਜ਼ਰੂਰ ਜ਼ਰੂਰ ਜ਼ਰੂਰ।